ਸਲਾਮ ਅਲੈਕੁਮ ਭਾਈ, ਇਹ ਸਾਡੇ ਭਾਈ ਸ਼ਕੂਰ ਸਾਹਿਬ ਹੈਗੇ ਨੇ। ਇਹਨਾਂ ਨੇ 5 ਬੱਚੇ ਮੰਗਵਾਏ ਨੇ ਸਿਆਲਕੋਟੋਂ, ਸਿਆਲਕੋਟੋਂ ਵਿਜਨ, ਠੀਕ ਹੈ। ਅਤੇ ਭਾਈ ਜਾਨ ਦੱਸਣਾ ਬੱਚੇ ਕੈਸੇ ਨੇ। ਉਹ ਭਾਈ ਨਾਲ ਆਣ ਕੇ ਵੀਡੀਓ ਕਰਨਾ ਆਪਣੀ ਅਤੇ ਛਾਤਾ ਸ਼ਕੂਰ ਸਾਹਿਬ ਦੀ। ਦੱਸੋ ਭਾਈ ਜਾਨ, ਬੱਚੇ ਉਹਨਾਂ ਦੇ ਅੱਛੇ ਨੇ ਜੀ, ਲੇਕਿਨ ਰਿਜ਼ਲਟ ਜਿਸਲੇ ਆਏਗਾ ਪਤਾ ਤਾਂ ਫਿਰ ਲੱਗਣਾ। ਬਾਕੀ ਜੋ ਉਹਨਾਂ ਨੇ ਕਿਹਾ ਸੀ ਜਾਂ ਦੇਖਿਆ ਉਹੀ ਭੇਜੇ ਨੇ ਉਹਨਾਂ ਨੇ। 2500 ਰੁਪਏ ਪਰ ਮੰਗੇ ਸੀ, ਲੇਕਿਨ ਅਸੀਂ 2000 ਰੁਪਏ ਪਰ ਦੇ ਹਿਸਾਬ ਨਾਲ 5 ਬੱਚੇ 10000 ਰੁਪਏ ਦੇ ਲਿੱਤੇ ਨੇ। ਅਤੇ ਅੱਲਾ ਖੈਰ ਕੀਤੀ, ਉੱਡਣਗੇ ਅਤੇ ਅੱਗੋਂ ਵੀ ਸਾਡਾ ਰਾਬਤਾ ਹੋਏਗਾ ਇਹਨਾਂ ਨਾਲ। ਅੱਛੇ ਬੰਦੇ ਨੇ ਔਰ ਜ਼ਬਾਨ 'ਤੇ ਪੂਰਾ ਉਤਰੇ ਨੇ। ਮਿਹਰਬਾਨੀ। ਇਹ ਪਾਇਨ ਆਪਣੀ ਛੱਤ ਹੈਗੀ ਹੈ, ਠੀਕ ਹੈ। ਰਾਤ ਦਾ ਟਾਈਮ ਹੈਗਾ। ਅੱਛਾ ਜੀ, ਮਾਸ਼ਾਅੱਲਾ ਵਿਹੜਾ ਹੈਗਾ। ਫਿਰ ਇਹ ਭਾਈ ਨਾਲ ਗੱਲ ਕਰਨੀ ਹੈ। ਔਰ ਛੱਤ ਮਾਲਕ ਜਿਹੜੇ ਨੇ ਅਮੈਰੀਕਾ ਨੇ, ਖਲੀਲ ਸਾਹਿਬ, ਇਹ ਉਹਨਾਂ ਦੀ ਛੱਤ ਹੈ ਅਤੇ ਉਹਨਾਂ ਦੀ ਮਿਹਰਬਾਨੀ ਹੈ ਜਿਹੜਾ ਸ਼ੌਕ ਇੱਥੇ ਹੋ ਰਿਹਾ। ਔਰ ਜਿਸ ਤਰ੍ਹਾਂ ਕਹਿੰਦਾ ਮੈਂ ਉਸ ਤਰ੍ਹਾਂ ਮੰਨਦੇ ਨੇ। ਅਤੇ ਲਿਆਦਾ ਤੁਹਾਡਾ ਵੀ ਸ਼ੁਕਰੀਆ ਹੋਏਗਾ ਕਿ ਜੇ ਜਾਨਵਰ ਤੁਹਾਡੇ ਅੱਛੇ ਉੱਡਣਗੇ ਜਾਂ ਅੱਗੋਂ ਵੀ ਮੰਗਵਾਵਾਂਗੇ ਅਤੇ ਅੱਛੇ ਹੀ ਜਾਨਵਰ ਭੇਜਣਾ। ਠੀਕ, ਇਹ ਸਾਡੇ ਬਜ਼ੁਰਗ ਹੈਗੇ ਨੇ ਭਾਈ ਜਾਨ, ਠੀਕ ਹੈ। ਬੜੇ ਪੁਰਾਣੇ ਤਲਕਦਾਰ ਨੇ ਉਹ, ਸਾਦ ਸ਼ਕੂਰ ਸਾਹਿਬ ਦੇ ਦੋਸਤ ਹੈਗੇ ਨੇ, ਠੀਕ ਹੈ। ਓਕੇ, ਅੱਲਾ ਹਾਫਿਜ਼ ਭਾਈ, ਸਲਾਮ ਅਲੈਕੁਮ।